ਤੇ ਨਾ ਕਾਲ ਕਰੋ ਆਉਂਦੇ ਮੈਨੂੰ ਚੁੱਕ ਕੇ ਲੈ ਜਾਣਗੇ। ਆਹ ਮਰੇ ਨੂੰ ਜ਼ਰੂਰ ਲਿਜਾ ਸਕਦਾ ਕੋਈ ਨਾ ਕੋਈ ਕਿਤੇ, ਉਹ ਮਿੱਟੀ ਹੋਣੀ ਉਹਦੇ ਨਾਲ ਸੰਬੰਧ ਕੋਈ ਨਹੀਂ। ਜਦੋਂ ਤੱਕ ਸਰੀਰ ਵਿੱਚ ਸਵਾਰਥ ਹੈ, ਮੈਂ ਨਿਸ਼ਚੇ ਨਾਲ ਕਹਿਣਾ ਚਾਹੁੰਦਾ ਭਾਵੇਂ 20-30 ਲੱਖ ਵੀ ਇੱਕ ਬੰਦਾ ਆ ਜਾਵੇ ਪੁਲਿਸ ਦਾ, ਜੇ ਉਹਨਾਂ ਨੂੰ ਫੜ ਕੇ ਨਹੀਂ ਲਿਆ ਸਕਣਗੇ ਗੁਰੂ ਸਾਹਿਬ ਦੀ ਕਿਰਪਾ। ਭੈਣਾਂ ਨੂੰ ਨੰਗੀਆਂ ਕਰਕੇ ਦਾਉ ਕੇ ਪਿੰਡ ਚ ਤੋਰਿਆ ਗਿਆ। ਕੱਲ ਖੁਰਦ ਥਾਣੇ ਦੇ ਵਿੱਚ ਉਹਦੇ ਬੀਬੀ ਨੂੰ ਨੰਗਿਆ ਕਰਕੇ ਪਿਤਾ ਨੂੰ ਪਰਪਾਇਆ ਗਿਆ। ਮਹਤਾਰੀ ਸਿੰਘ ਦੇ ਮੂੰਹ ਚ ਤੰਬਾਕੂ ਫੁੱਕਿਆ ਗਿਆ। ਨੌਜਵਾਨ ਵਿਦਿਆਰਥੀਆਂ ਨੂੰ ਨਜ਼ਰਬੰਦ ਕੀਤਾ ਗਿਆ, ਪੱਟ ਚੀਰ ਕੇ ਲੂਣ ਭਰਿਆ ਗਿਆ। ਤੇ ਬੱਚੇ ਟੁਕੜੇ ਕਦੋਂ ਹੋਏ ਸਤਿਗੁਰੂ ਗ੍ਰੰਥ ਸਾਹਿਬ ਦਾ ਨਿੰਦਕ ਤੇ ਧੀਆਂ ਭੈਣਾਂ ਦੀ ਇੱਜ਼ਤ ਧੱਕਣ ਵਾਲਾ ਕੋਈ ਵਿਅਕਤੀ ਹੋਵੇ ਉਹਨੂੰ ਮੁਆਫ਼ ਨਹੀਂ ਕਰਨਾ, ਬਾਕੀ ਸਬਰ ਰੱਖਣਾ। ਜੇ ਵਾਲੇ ਵੀਰੋ, ਸ਼ਹਿਰਾਂ ਵਾਲੇ ਵੀਰੋ ਤੇ ਮਾਈਓ ਭਾਈਓ, ਇੱਕ ਗੱਲ ਚੇਤੇ ਰੱਖਿਓ, ਸਬਰ ਬਹੁਤ ਕਰ ਚੁੱਕੇ ਆ, ਮੁਸ਼ਕਿਲ ਹੁਣ ਜਰਨਾ ਜਰਾਂਗੇ। ਵੈਸੇ ਸੰਤਾਂ ਨੇ ਕਿਹਾ ਵੀ ਜਰ ਕੇ ਚੱਲਣਾ, ਸ਼ਾਂਤੀ ਰੱਖਣੀ ਹੈ, ਚੱਲਾਂਗੇ ਥੋੜਾ ਥੋੜਾ, ਪਰ ਇੱਕ ਦਿਨ ਤੇ ਤੁਹਾਨੂੰ ਜ਼ਰੂਰ ਕਰਦਾ। ਸ਼ਾਂਤੀ ਰੱਖਿਓ ਤੇ ਤਿਆਰੀ ਵੀ ਰੱਖੋ। ਖਾਲਸਾ ਜੀ, ਸਿੱਖਾਂ ਨੇ ਸੋਚਣਾ ਪਵੇਗਾ ਕਿ ਅਸੀਂ ਸਿਰ ਤੇ ਪੱਗ ਸਜਾ ਕੇ, ਦਸਤਾਰ ਸਜਾ ਕੇ, ਸਾਫ ਸੂਤ ਰੱਖ ਕੇ ਸ਼ਹਿਰਾਂ ਤੇ ਪਿੰਡਾਂ ਸੜਕਾਂ ਤੇ ਵਿਚਰਨਾ ਹੈ ਕਿ ਜਾਂ ਸਿਰ ਤੇ ਟੋਪੀ ਲੈ ਕੇ ਤੇ ਦਾੜੀਆਂ ਮਨਾ ਕੇ ਵਿਚਰਨਾ? ਇਹ ਫੈਸਲਾ ਕੌਮ ਨੇ ਕਰਨਾ। ਸੀਸ ਧੜ ਤੋਂ ਲੱਥਣ ਦੇ ਬਾਵਜੂਦ ਸੀਸ ਤਲੀ ਤੇ ਰੱਖ ਕੇ ਆਪਣੇ ਪਰ ਨੂੰ ਪੂਰਿਆ ਕਰਨ ਵਾਸਤੇ, 3 ਮੀਲ ਤੁਰ ਕੇ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਵਾਸਤੇ ਇੱਥੇ ਪਹੁੰਚ ਸਕਦੀ ਹੈ। ਜਿਹੜੀ ਟਕਸਾਲ ਬੰਦ ਬੰਦ ਕਟਵਾ ਕੇ ਸੁਖਮਨੀ ਸਾਹਿਬ ਦੀਆਂ 16 ਅਸ਼ਟਪਦੀਆਂ ਪੂਰੀਆਂ ਕਰ ਸਕਦੀ ਹੈ, ਉਸ ਟਕਸਾਲ ਦਾ ਇੱਕ ਛੋਟਾ ਜਿਹਾ ਕੁੰਕਰ ਹੋਵੇ ਮੇਰੇ ਵਿੱਚ, ਭਾਵੇਂ ਉਹ ਸ਼ਕਤੀ ਨਹੀਂ, ਓਨੀ ਬੰਦਗੀ, ਓਨੀ ਤਪੱਸਿਆ, ਓਨੀ ਸੇਵਾ, 10 ਵਿੱਚ ਨਹੀਂ ਹੈ, ਕਿਣਕਾ ਮਾਤਰ ਵੀ ਨਹੀਂ ਓਨੀ ਹੋਣੀ ਤਾਂ ਬੜੀ ਦੂਰ ਦੀ ਗੱਲ ਹੈ। ਸਤਿਗੁਰ ਦੇ ਆਸਰੇ ਤੇ ਕੋਟ ਢੱਕ ਕੇ ਕਹਿੰਦਾ ਹਾਂ, ਬੰਦ ਬੰਦ ਕੱਟ ਕੇ ਵੇਖੋ, ਸੀਸ ਤੇ ਅੱਗ ਲਾ ਕੇ ਵੇਖੋ, ਆਰਾ ਚਲਾ ਕੇ ਵੇਖੋ। ਇਹ ਤਾਂ ਮੈਂ ਨਹੀਂ ਕਹਿੰਦਾ, ਮੈਂ ਜਾਪ ਕਰੂੰਗਾ ਕਿਉਂਕਿ ਮਾਣ ਦੀ ਗੱਲ ਹੈ। ਪਤਾ ਨਹੀਂ ਸਤਿਗੁਰੂ ਪਰਿਵਾਰ ਦੇ ਗੁਰੂ ਸਮਰੱਥ ਹੈ, ਪਰ ਮੂੰਹ ਵਿੱਚੋਂ ਸੀ ਇੱਕ ਵੇਰਾ ਖੜਾ ਦਿਓ, ਇੱਕ ਵੇਰਾ ਹਾਇ ਕਢਾ ਕੇ ਤਾਂ ਵਿਖਾਉ। ਇਸ ਮਨੁੱਖ ਦੀ ਡਿਊਟੀ ਹੈ ਕਿ ਇੱਕ ਓਮਕਾਰ ਤੋਂ ਲੈ ਕੇ 18-10-20 ਤੱਕ ਇੱਕ ਇੱਕ ਅੱਖਰ ਦਾ ਵਿਖਿਆਨ ਕਰਨਾ, ਕਥਾ ਕਰਨੀ ਹੈ। ਇਹ ਉਤਪਤੀ ਕੀ ਹੈ, ਵਿਤਪਤੀ ਕੀ ਹੈ, ਸਾਨਕਾ ਕੀ ਹੈ, ਪ੍ਰਮਾਣ ਕੀ ਹੈ, ਸਾਖੀਆਂ ਕੀ ਹਨ, ਇਹਦਾ ਸਿਧਾਂਤ ਕੀ ਹੈ। ਜਿਸ ਮਨੁੱਖ ਦੀ ਇਹ ਡਿਊਟੀ ਦੱਸਣ ਦੀ ਹੋਵੇ ਉਹ ਮਨੁੱਖ ਕਦੇ ਰੋ ਸਕਦਾ, ਜਿਸ ਗੁਰੂ ਕੀ ਬਾਣੀ ਨੇ ਫੈਸਲਾ ਕਰ ਦਿੱਤਾ ਹੈ, ਜੋ ਮੈਂ ਪਿੱਛਾ ਰੋਗ ਸੀ ਸੋ ਮੈਂ ਮੂਲ ਨਾ ਪਾਇਆ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਤਾਂ ਸੱਦ ਵਿੱਚ ਸੁੰਦਰ ਜੀ ਦੁਆਰਾ ਇਹ ਕਹਿ ਰਹੇ ਹੈ, ਸਾਰੇ ਸਿੰਘਾਂ ਨੂੰ ਬੇਨਤੀ ਕਰਦਾ ਕਿ ਪਿਆਰ ਸਿੱਖ ਇਕੱਠੇ ਰਹੋ ਤੇ ਸ਼ਸਤਰਧਾਰੀ ਹੋਵੋ, ਨੌਜਵਾਨ ਕੇਸਦਾਰਾਂ ਨਾਲ ਕਟਾਇਆ ਕਰੋ ਤੇ ਸ਼ਰਾਬ ਛੱਡ ਦੇਵੋ, ਸਮਝ ਛੱਡ ਕੇ ਪਿਆਰ ਪ੍ਰਚਾਰ ਹੋ, ਬੋਲਦਾ ਕੋਈ ਗਲਤੀ ਹੋ ਗਈ ਤੇ ਮਾਫ਼ੀ ਬਖਸ਼ੋ।